ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਆਪ ਜੀ ਲੈ ਕੇ ਆਏ ਹਾਂ ਟਰੈਕਟਰ 1 ਸਪਟੈਂਬਰ, ਜਿਹਦੇ ਵਿੱਚ ਅਸੀਂ ਆਪ ਜੀ ਦੱਸਾਂਗੇ ਦਸਤਾਰ ਦਾ ਪਹਿਲਾ ਲੜ ਕਿਵੇਂ ਲਾਉਣਾ ਐਂਡ ਦਸਤਾਰ ਦੇ ਕੀ ਜਿਹੜੇ ਤਰੀਕੇ ਹੁੰਦੇ ਨੇ ਦਸਤਾਰ ਦੇ ਪਹਿਲੇ ਲੜ ਨੂੰ ਟਿਕਾਉਣ ਲਈ। ਦਸਤਾਰ ਦਾ ਪਹਿਲਾ ਲੜ ਲਾਉਣ ਲਈ ਸਭ ਤੋਂ ਪਹਿਲਾਂ ਆਪ ਜੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਦਸਤਾਰ ਦੇ ਵਿੱਚ ਜਿਹੜਾ ਤੁਸੀਂ ਲੜ ਜਿੱਥੇ ਲਗਾ ਰਹੇ ਹੋ ਉਹ ਪ੍ਰੋਪਰਲੀ ਤੁਹਾਡੇ ਸਿਰ ਦੇ ਡਾਇਮੀਟਰ 'ਤੇ ਲੱਗਿਆ ਹੋਇਆ ਕਿ ਨਹੀਂ। ਡਾਇਮੀਟਰ ਉਹ ਹੁੰਦਾ ਹੈ ਜਿਹੜਾ ਆਪਣੇ ਫੇਸ ਦਾ ਸੈਂਟਰ ਹੁੰਦਾ ਹੈ। ਸੈਂਟਰ ਅਸੀਂ ਇਹ ਨੋਜ਼ ਨੂੰ ਮੰਨ ਕੇ ਚੱਲਦੇ ਹਾਂ, ਸੋ ਇਹ ਜਿਹੜਾ ਆਪਣੇ ਫੇਸ ਦਾ ਡਾਇਮੀਟਰ ਹੈ। ਜੇਕਰ ਅਸੀਂ ਇਹੀ ਸੈਂਟਰ ਨੂੰ ਅਸੀਂ ਹਲਕਾ ਟੇਢਾ ਕਰ ਦਈਏ, ਜੇ ਇਸ ਤਰੀਕੇ ਨਾਲ ਕਰ ਦਈਏ ਤਾਂ ਇਹਦਾ ਡਾਇਮੀਟਰ ਜਿਹੜਾ ਚੇਂਜ ਹੋ ਕੇ ਇਸ ਤਰੀਕੇ ਨਾਲ ਚਲ ਜਾਂਦਾ। ਸੋ ਲੜ ਜਿਹੜਾ ਅਸੀਂ ਇਸੇ ਤਰੀਕੇ ਨਾਲ ਲਾਵਾਂਗੇ, ਹਾਫ ਫੋਰ ਹੈਡ ਹਾਫ ਬਾਈ ਹਾਫ ਸ਼ੀਖਾ ਫੇਅਰ 'ਤੇ। ਐਂਡ ਜੇ ਸਿੱਧਾ ਡਾਇਮੀਟਰ ਦੇਖੀਏ ਤਾਂ ਉਹ ਨੋਜ਼ ਦੇ ਸੈਂਟਰ ਉੱਪਰ ਡਿਪੈਂਡ ਕਰਦਾ ਹੁੰਦਾ ਹੈ, ਬਟ ਅਸੀਂ ਲੜ ਜਿਹੜਾ ਹੈ ਉਹ ਕਦੇ ਵੀ ਇਸ ਤਰੀਕੇ ਨਾਲ ਨਹੀਂ ਲਗਾ ਸਕਦੇ, ਹਮੇਸ਼ਾ ਟੇਢਾ ਲਗਾਉਂਦੇ ਹਾਂ। ਸੋ ਦਾ ਜਿਹੜਾ ਡਾਇਮੀਟਰ ਹੈ ਉਹ ਟੇਢਾ ਚੱਲਦਾ ਹੈ ਐਂਡ ਤਾਂ ਹੀ ਆਪਣਾ ਜਿਹੜਾ ਪਹਿਲਾਂ ਲੜ ਜਿਹੜਾ ਟੇਕਦਾ ਹੈ। ਸੋ ਲੈਟਸ ਸਟਾਰਟ ਇਟ ਟੈਕਟਰ 1 ਸਪਟੈਂਬਰ। ਪਹਿਲਾ ਲੜ ਲਗਾਉਣ ਲਈ ਆਪ ਜੀ ਨੇ ਸਭ ਤੋਂ ਪਹਿਲਾਂ ਖਾਸ ਖਿਆਲ ਇਹ ਰੱਖਣਾ ਹੈ ਕਿ ਖੁੱਲ੍ਹੀ ਸਾਈਡ ਜਿਹੜੀ ਹਮੇਸ਼ਾ ਰਾਈਟ ਸਾਈਡ 'ਤੇ ਹੋਵੇ ਅਤੇ ਬੰਦ ਸਾਈਡ ਲੈਫਟ ਸਾਈਡ 'ਤੇ ਹੋਵੇ। ਪੱਗ ਦੇ ਵਿੱਚ ਜਿਹੜੀ ਖੁੱਲ੍ਹੀ ਸਾਈਡ ਉਹ ਹੁੰਦੀ ਆ ਜਦੋਂ ਪੂਣੀ ਕਰਨ ਵੇਲੇ ਜਿਹੜੀ ਸਾਈਡ ਉੱਪਰ ਹੁੰਦੀ ਆ ਉਹੀ ਪੱਗ ਦੀ ਜਿਹੜੀ ਸਾਈਡ ਰਾਈਟ ਸਾਈਡ ਬਣਦੀ ਹੈ, ਜਿਹੜੀ ਬੰਦ ਸਾਈਡ ਹੁੰਦੀ ਆ ਜਿਹੜੀ ਥੱਲੇ ਵਾਲੇ ਪਾਸੇ ਪੂਣੀ ਦੀ ਉਹ ਲੈਫਟ ਸਾਈਡ ਬਣਦੀ ਹੈ। ਜਦੋਂ ਅਸੀਂ ਪੂਣੀ ਕਰਦੇ ਹਾਂ ਤਾਂ ਪੂਣੀ ਸ਼ੇਪ ਕੁਛ ਇਸ ਤਰ੍ਹਾਂ ਹੁੰਦੀ ਹੈ ਕਿ ਥੱਲੇ ਉਹ ਬੰਦ ਦੇ ਉੱਪਰੋਂ ਖੁੱਲ੍ਹੀ ਹੁੰਦੀ ਹੈ ਐਂਡ ਥੱਲੇ ਭਾਰੀ ਪਾਸਾ ਆਉਂਦਾ ਹੈ ਅਤੇ ਉੱਪਰ ਬਰੀਕ ਪਾਸਾ ਆਉਂਦਾ ਹੈ। ਜਦੋਂ ਅਸੀਂ ਲੜ ਲਾਉਂਦੇ ਹਾਂ ਤਾਂ ਰਾਈਟ ਸਾਈਡ ਵਾਲੇ ਪਾਸੇ ਅਸੀਂ ਬਰੀਕ ਪਾਸਾ ਲਾਉਂਦੇ ਹਾਂ ਜਿਹੜਾ ਖੁੱਲ੍ਹਾ ਹੁੰਦਾ ਐਂਡ ਲੈਫਟ ਤੋਂ ਜਿਹੜਾ ਬੰਦ ਹੁੰਦਾ। ਸੋ ਇਹਦੇ ਵਿੱਚ ਕਹਿੰਦਾ ਮਤਲਬ ਕਿ ਇਹ ਜਿਹੜੀ ਮੇਨ ਚੀਜ਼ ਹੈ ਉਹ ਧਿਆਨ ਵਿੱਚ ਇਹੀ ਹੋਣੀ ਚਾਹੀਦੀ ਹੈ ਕਿ ਪਹਿਲਾ ਲੜ ਜਦੋਂ ਤੁਸੀਂ ਲਾਉਂਦੇ ਹੋ ਤਾਂ ਖੁੱਲ੍ਹੀ ਸਾਈਡ ਹਮੇਸ਼ਾ ਰਾਈਟ ਸਾਈਡ 'ਤੇ ਹੋਣੀ ਚਾਹੀਦੀ ਹੈ। ਹੁਣ ਅਸੀਂ ਲਾਵਾਂਗੇ ਪਹਿਲਾ ਲੜ। ਜਿਹਦੇ ਵਿੱਚ ਮੇਰੇ ਕਾਫ਼ੀ ਵੀਰਾਂ ਨੂੰ ਪ੍ਰੋਬਲਮ ਹੈ ਐਂਡ ਕਨਫਿਊਜ਼ਨ ਵੀ ਰਹਿੰਦੀ ਹੈ ਕਿ ਪੱਗ ਦਾ ਜਿਹੜਾ ਪਹਿਲਾ ਲੜ ਹੈ ਉਹ ਟਿਕਾਉਣਾ ਕਿੱਥੇ ਹੈ, ਖਿਸਕ ਜਾਂਦਾ ਹੈ, ਸਲਿੱਪ ਹੋ ਜਾਂਦਾ ਹੈ, ਉਹ ਚੰਗੀ ਤਰ੍ਹਾਂ ਲੱਗਦਾ ਨਹੀਂ ਹੈ। ਸੋ ਅਸੀਂ ਪਹਿਲਾ ਲੜ ਜਿਹੜਾ ਲਗਾਵਾਂਗੇ ਉਹ ਕੁਛ ਇਸ ਤਰ੍ਹਾਂ ਹੈ ਕਿ ਬੈਕ ਸਾਈਡ ਤੋਂ ਪਿੱਛੋਂ ਬਿਲਕੁਲ ਸੈਂਟਰ 'ਚ ਰੱਖਣਾ ਜਿੱਥੇ ਅਸੀਂ ਆਪਣੀ 50 ਨੋਟ ਮਾਰਦੇ ਹਾਂ ਜਾਂ ਲੈਗ ਦਾ ਸੈਂਟਰ ਵੈਸੇ ਗੱਲ ਤੋਂ ਲਿਆ ਕੇ ਸਿਰ ਦੇ ਸੈਂਟਰ 'ਚ ਨਹੀਂ ਲੈ ਕੇ ਜਾਣਾ, ਸਿਰ ਦੀ ਹਲਕੀ ਸਾਈਡ 'ਚ ਲੈ ਕੇ ਆਉਣਾ, ਪਿੱਛੋਂ ਸੈਂਟਰ 'ਚੋਂ ਸਿਰ ਦੀ ਸਾਈਡ ਤੋਂ। ਐਂਡ ਇੱਥੇ ਆ ਕੇ ਆਪ ਜੀ ਨੇ ਪਹਿਲੇ ਲੜ ਨੂੰ ਡਬਲ ਕਰਨਾ ਹੈ। ਡਬਲ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਜਿਹੜੇ ਦੋ ਪੱਲੇ ਹੁੰਦੇ ਨੇ ਇੱਕ ਨੂੰ ਅਸੀਂ ਅੰਦਰ ਕਰ ਦੇਵਾਂਗੇ ਐਂਡ ਉੱਪਰ ਵਾਲਾ ਖਿੱਚ ਕੇ ਅੰਦਰ ਫੋਲਡ ਕਰ ਦੇਣਾ। ਇਹੀ ਜਿਹੜਾ ਵੇ ਹੈ ਉੱਪਰ ਤੱਕ ਅਸੀਂ ਯੂਜ਼ ਕਰਾਂਗੇ ਇਸ ਲੜ ਦੇ ਵਿੱਚ ਐਂਡ ਥੱਲੇ ਤੱਕ ਵੀ, ਜਿਸ ਨਾਲ ਆਪਣੀ ਫਸਟ ਲੜ ਦੀ ਜਿਹੜੀ ਧਾਰ ਹੈ ਉਹ ਬਹੁਤ ਸੋਹਣੀ ਕਲੀਅਰ ਹੋਏਗੀ ਐਂਡ ਟਿਕੇਗੀ ਵਧੀਆ ਤਰੀਕੇ ਨਾਲ। ਇਸ ਤੋਂ ਬਾਅਦ ਆਪਣੀ ਮੇਨ ਜਿਹੜੀ ਚੀਜ਼ ਆਉਂਦੀ ਹੈ ਪਹਿਲੇ ਲੜ ਦੇ ਵਿੱਚ ਉਹ ਇਹ ਆਉਂਦੀ ਹੈ ਕਿ ਇਹਨੂੰ ਟਿਕਾਉਣਾ ਕਿੱਥੇ ਹੈ। ਕਈ ਲੋਕ ਕਹਿੰਦੇ ਨੇ ਇਹਨੂੰ ਸੈਂਟਰ 'ਚ ਟਿਕਾਉਣਾ ਚਾਹੀਦਾ ਕਿ ਪੱਗ ਦੀ ਜਿਹੜੀ 50 ਹੈ ਉਹ ਪਹਿਲਾਂ ਬਰਕਰਾਰ ਰਹਿੰਦੀ ਹੈ ਜਾਂ ਬਾਅਦ 'ਚ ਪੱਗ ਦਾ ਸੈਂਟਰ ਜਿਹੜਾ ਪ੍ਰੋਪਰ ਮਿਲ ਜਾਂਦਾ ਹੈ, ਬਟ ਜੇ ਤੁਸੀਂ ਇਹ ਲੜ ਸੈਂਟਰ 'ਚ ਲਗਾਓਗੇ ਤਾਂ ਇਹ ਲੜ ਤਾਂ ਇੱਥੇ ਚੱਲੇਗਾ ਐਂਡ ਹੌਲੀ ਹੌਲੀ ਖਿੱਚੀ ਜਾਏਗਾ ਉੱਪਰ ਨੂੰ। ਬਟ ਇਹਦਾ ਅਸੀਂ ਲੜ ਜਿਹੜਾ ਇਸ ਤਰੀਕੇ ਨਾਲ ਲਾਉਣਾ ਹੈ ਜਿਵੇਂ ਆਪ ਜੀ ਨੂੰ ਪਤਾ ਹੈ ਕਿ ਅਸੀਂ ਫੇਸ ਦਾ ਜਿਹੜਾ ਸੈਂਟਰ ਦੇਖੀਏ ਜਿਹੜਾ ਡਾਇਮੀਟਰ ਦੇਖੀਏ ਤਾਂ ਉਹ ਡਾਇਮੀਟਰ ਇੱਥੇ ਬਣਦਾ, ਪਰ ਅਸੀਂ ਇਸ ਜਗ੍ਹਾ 'ਤੇ ਲੜ ਅਸੀਂ ਲਗਾ ਨਹੀਂ ਸਕਦੇ, ਸੈਂਟਰ 'ਚ ਬਿਲਕੁਲ ਨਹੀਂ ਲਗਾ ਸਕਦੇ। ਸੋ ਅਸੀਂ ਡਾਇਮੀਟਰ ਨੂੰ ਹਲਕਾ ਜਿਹਾ ਚੇਂਜ ਕਰ ਦੇਵਾਂਗੇ। ਡਾਇਮੀਟਰ ਜਿਹੜਾ ਚੇਂਜ ਕਰਾਂਗੇ ਤਾਂ ਇਹਦਾ ਐਂਗਲ ਚੇਂਜ ਹੋਣ ਦੇ ਨਾਲ ਇਹ ਲੜ ਦੀ ਜਿਹੜੀ ਪੋਜੀਸ਼ਨ ਹੈ ਉਹ ਇਸ ਤਰੀਕੇ ਨਾਲ ਜਾਏਗੀ ਕਿ ਅਸੀਂ ਪਹਿਲਾਂ ਲੜ ਜਿਹੜਾ ਹੈ ਹਾਫ ਫੋਰਹੈਡ ਹਾਫ ਆਈ ਹਾਫ ਚੀਕ ਹਾਫ ਈਅਰ 'ਤੇ ਲਗਾਵਾਂਗੇ। ਇਸ ਤਰੀਕੇ ਨਾਲ ਜਿਹੜਾ ਇਹ ਲੜ ਹੈ ਇਹ ਬਹੁਤ ਹੀ ਪੱਕਾ ਰਹਿੰਦਾ, ਬਹੁਤ ਫਿਕਸ ਹੋ ਜਾਂਦਾ ਐਂਡ ਬੈਕ ਸਾਈਡ ਤੋਂ ਇਸ ਲੜ ਨੂੰ ਬਿਲਕੁਲ ਸਿੱਧਾ ਹੀ ਜਾਣ ਦੇਣਾ ਇਸ ਤਰੀਕੇ ਨਾਲ। ਇਹੜਾ ਤਰੀਕਾ ਹੈ ਤੁਸੀਂ ਚਾਹੇ ਪਟਿਆਲਾ ਸ਼ੇਰ ਯੂਜ਼ ਕਰੋ ਚਾਹੇ ਆਪਣੀ ਮੋਰਨੀ ਪੱਗ ਯੂਜ਼ ਕਰੋ, ਕਿਸੇ ਵੀ ਪੱਗ ਦੇ ਵਿੱਚ ਇਹ ਜਿਹੜਾ ਤਰੀਕਾ ਤੁਸੀਂ ਯੂਜ਼ ਕਰੋਗੇ ਤਾਂ ਪੱਗ ਤੁਹਾਡੀ ਹਮੇਸ਼ਾ ਪਰਫੈਕਟ ਆਏਗੀ, ਵਧੀਆ ਆਏਗੀ ਐਂਡ ਇਹ ਲੜ ਜਿਹੜਾ ਹਮੇਸ਼ਾ ਟਿਕਿਆ ਜਾਏਗਾ। ਸੋ ਮੇਨਲੀ ਗੱਲ ਇਹੀ ਹੈ ਕਿ ਤੁਸੀਂ ਦਸਤਾਰ ਜਿਹੜਾ ਡਾਇਮੀਟਰ ਹੈ ਉਹ ਸਮਝਣਾ ਐਂ ਬਾਕੀ ਸਭ ਸਾਰੀ ਪੱਗ ਜਿਹੜੀ ਹੈ ਉਸ ਤੋਂ ਬਾਅਦ ਹੀ ਬੰਨਣੀ ਹੈ। ਸੋ ਪਹਿਲੇ ਲੜ ਜਿਹੜਾ ਮੇਨ ਟ੍ਰਿਕ ਹੈ ਉਹ ਇਹੀ ਹੈ ਕਿ ਪਹਿਲਾਂ ਵਿੱਚੋਂ ਆਪ ਜੀ ਨੇ ਸੈਂਟਰ 'ਚ ਰੱਖਣਾ, ਪਿੱਛੇ ਸੈਂਟਰ 'ਚ ਸਿਰ ਦੀ ਸਾਈਡ ਤੋਂ ਅੱਗੇ ਆ ਕੇ ਡਬਲ ਕਰਕੇ ਇੱਥੋਂ ਹਾਫ ਫੋਰ ਹੈਡ 'ਤੇ ਲੈਣਾ, ਕਹਿੰਦਾ ਹੁੰਦਾ ਕਿ ਨੋਜ਼ ਤੋਂ ਕਾਫੀ ਪਰੇ ਹਾਫ ਫੋਰ ਹੈਡ ਤੋਂ ਲੈਣਾ ਜਿਹੜਾ ਕਿ ਆਪਣੇ ਫੇਸ ਦਾ ਡਾਇਮੀਟਰ ਹੈ, ਕਿਉਂਕਿ ਦਸਤਾਰ ਜਦੋਂ ਇੱਦਾਂ ਚੱਲੇਗੀ ਤਾਂ ਇਸ ਤਰੀਕੇ ਨਾਲ ਹੀ ਘੁੰਮੇਗੀ, ਸਰਕਲ ਦੇ ਵਿੱਚ ਘੁੰਮਦੀ ਹਮੇਸ਼ਾ ਦਸਤਾਰ, ਠੀਕ ਹੈ, ਚਾਹੇ ਇਸ ਤਰੀਕੇ ਨਾਲ ਜਾਵੇ ਚਾਹੇ ਇਸ ਤਰੀਕੇ ਨਾਲ ਜਾਵੇ ਸਰਕਲ ਵਿੱਚ ਹੀ ਜਾਏਗੀ।
ਸੋ ਇਹਦਾ ਜਿਹੜਾ ਡਾਇਮੀਟਰ ਹੈ ਸਮਝਣਾ ਬਹੁਤ ਜ਼ਰੂਰੀ ਹੈ। ਜਿਵੇਂ ਕਿ ਆਪ ਜੀ ਦੇਖ ਸਕਦੇ ਹੋ ਕਿ ਨੈਕਸਟ ਲੈਟਰ ਦੇ ਉੱਪਰ ਪੂਰਾ ਆਰਾਮ ਨਾਲ ਡਿੱਗੇਗਾ। ਐਂਡ ਕੁਛ ਵੀ ਕਰਨ ਦੀ ਲੋੜ ਨਹੀਂ ਹੈ, ਇਹ ਲੜ ਜਿਹੜਾ ਆਪਣਾ ਫਿਕਸ ਹੈ, ਆਹ ਦੇਖੋ ਟਿਕਿਆ ਹੋਇਆ ਆਪਣੇ ਆਪ ਹੀ। ਜੇਕਰ ਤੁਸੀਂ ਇਹ ਲੜ ਜਿਹੜਾ ਹੈ ਸੈਂਟਰ 'ਚ ਲਗਾਓਗੇ ਤਾਂ ਇੰਨੀ ਦਿਨ ਨੂੰ ਇਹ ਜਿਹੜਾ ਲੜ ਖਿਸਕ ਜਾਏਗਾ ਐਂਡ ਸਾਰੀ ਪੱਗ ਜਿਹੜੀ ਸ਼ੇਪ ਹੈ ਪਹਿਲੇ ਲੜ ਤੋਂ ਹੀ ਖਰਾਬ ਹੋਣੀ ਸ਼ੁਰੂ ਹੋ ਜਾਏਗੀ। ਸੋ ਆਪ ਜੀ ਨੇ ਖਾਸ ਗੱਲ ਇਹੀ ਰੱਖਣਾ ਹੈ ਕਿ ਪਹਿਲਾ ਲੜ ਜਿਹੜਾ ਹੈ ਉਹ ਹਾਫ ਫੋਰ ਹੈਡ ਹਾਫ ਆਈ ਹਾਫ ਸ਼ੇਕ ਹਾਫ ਈਅਰ 'ਚ ਲੱਗੇ ਤਾਂ ਚੰਗੀ ਗੱਲ ਹੈ। ਐਂਡ ਇਹ ਟ੍ਰਿਕ ਜਿਹੜਾ ਕਿਸੇ ਵੀ ਦਸਤਾਰ ਵਿੱਚ ਯੂਜ਼ ਕੀਤਾ ਜਾ ਸਕਦਾ। ਸੋ ਜਿਹੜਾ ਟ੍ਰਿਕ ਹੈ ਤੁਸੀਂ ਆਪਣੀ ਡੇਲੀ ਲਾਈਫ ਵਿੱਚ ਯੂਜ਼ ਕਰੋ ਐਂਡ ਆਪ ਜੀ ਨੂੰ ਹਮੇਸ਼ਾ ਆਪ ਜੀ ਦੀ ਪੱਗ ਫਿੱਟ ਟਾਈਟ ਐਂਡ ਗ੍ਰਿਪ ਦੇ ਵਿੱਚ ਹੀ ਮਿਲੇਗੀ। ਸੋ ਇਹ ਸੀ ਪਹਿਲਾ ਲੜ ਆਪਣੀ ਕਿਸੇ ਪੱਗ ਦੇ ਜਿਹੜਾ ਟਿਕਾਉਣ ਦਾ ਤਰੀਕਾ। ਸੋ ਸਾਡੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਡੇ ਨਾਲ ਜੁੜੇ ਰਹਿਣਾ ਜੀ। ਦੇਖਦੇ ਰਹੋ ਏਵਨ ਟਰਬਨ ਟ੍ਰੇਨਿੰਗ ਸੈਂਟਰ ਔਨ ਯੂਟਿਊਬ ਐਂਡ ਸ਼ਾਹੀ ਪੱਗ ਟਰਬਨ .com ਵੈਬਸਾਈਟ 'ਤੇ ਤੁਸੀਂ ਕੋਈ ਵੀ ਸਾਡੀ ਵੀਡੀਓ ਡਾਊਨਲੋਡ ਕਰ ਸਕਦੇ ਹੋ। ਸਬਸਕ੍ਰਾਈਬ ਚੈਨਲ, ਲਾਈਕ ਔਰ ਵੀਡੀਓ ਐਂਡ ਸ਼ੇਅਰ ਔਰ ਵੀਡੀਓਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।